ਅਸਲਾਮ ਵਾਲੇਕਮ ਵੀਰੋ, ਕੀ ਹਾਲ ਚਾਲ ਹੈ? ਗੁਦੀ ਮੀਡੀਆ ਕਿਸਾਨਾਂ ਨੂੰ ਅਤੇ ਸਿੱਖਾਂ ਨੂੰ ਆਤੰਕਵਾਦੀ ਕਹਿ ਰਿਹਾ ਹੈ ਅਤੇ ਇਹਨਾਂ ਆਤੰਕਵਾਦੀਆਂ ਦੀ ਮਦਦ ਕਰਨ ਵਾਸਤੇ ਮਲੇਰਕੋਟਲਾ ਦੇ ਮੁਸਲਮਾਨ ਆ ਗਏ ਆ ਜਿਨ੍ਹਾਂ ਨੇ ਲੰਗਰ ਲਾ ਦਿੱਤਾ ਹੈ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸ ਦੇ ਬਾਰੇ ਜਾਣਾਂਗੇ, ਸੋ ਚੱਲ ਗਏ ਵੀਡੀਓ ਦੇਖਦੇ ਹਾਂ ਅਤੇ ਇਸ ਦੇ ਬਾਰੇ ਜਾਣਦੇ ਹਾਂ। ਪਹਿਲੇ ਮੋਰਚੇ ਦੇ ਵਿੱਚ ਵੀ ਡੇ ਵਨ ਤੋਂ ਅਸੀਂ ਨਾਲ ਸੀਗੇ ਔਰ ਅੱਜ ਵੀ ਜਦੋਂ ਸਾਨੂੰ ਦੁਬਾਰਾ ਸਾਡੇ ਕਿਸਾਨ ਵੀਰਾਂ ਨੂੰ ਜ਼ਰੂਰਤ ਪਈ ਹੈ ਤਾਂ ਅਸੀਂ ਆ ਕੇ ਇੱਥੇ ਖੜੇ ਹਾਂ। ਇੱਥੇ ਕੋਈ ਜਾਤ ਪਾਤ ਨਹੀਂ, ਇੱਥੇ ਕੋਈ ਹਿੰਦੂ ਮੁਸਲਮਾਨ ਸਿੱਖ ਈਸਾਈ ਨਹੀਂ, ਇੱਥੇ ਇੱਕ ਕਿਸਾਨ ਬੈਠਾ ਹੈ ਜੋ ਇਸ ਮੁਲਕ ਦੇ ਲੋਕਾਂ ਦੀ ਹੀ ਲੜਾਈ ਲੜ ਰਿਹਾ ਹੈ। ਅਸਲ ਗੱਲ ਹੈ, ਕੱਲ੍ਹ ਇਹ ਕਹਿ ਦੇਣ ਕਿ ਜੀ ਇਹ ਤਾਂ ISI ਦੇ ਬੰਦੇ ਆ ਗਏ ਜਾਂ ਪਾਕਿਸਤਾਨ ਤੋਂ ਵੀ ਏਜੰਸੀਆਂ ਨੂੰ ਤਾਕਦੇ ਹੋ, ਤੁਸੀਂ ਇੱਕ ਮੁਸਲਿਮ ਭਾਈਚਾਰਾ ਆ ਗਿਆ ਤਾਂ ਹੁਣ ਲੱਗਦਾ ਵੀ ਜਿਹੜਾ ਇਹ ਅੱਤਵਾਦੀ ਆ ਤੁਸੀਂ। ਆ ਦੇਖੋ ਹਥਿਆਰ ਸਾਡੇ, ਉਹ ਦੇਖੋ ਮਿਜ਼ਾਈਲਾਂ, ਉਹ ਦੇਖੋ ਰੱਖੀਆਂ ਹੋਈਆਂ, ਉਹ ਸੀਰੀ ਸਾਹਿਬ ਨੂੰ ਦਿਖਾ ਦਿਖਾ ਕੇ ਕਹੀ ਜਾਂਦਾ ਵੀ ਉੱਥੇ ਹਥਿਆਰ ਦੇ ਕੇ, ਠੀਕ ਹੈ, ਹਮ ਆਹ ਵੀ ਕਰਤੇ ਹੈ ਤੋ ਹੋ ਜਾਤੇ ਹੈ ਬਦਨਾਮ, ਵੋ ਕਤਲ ਵੀ ਕਰਦੇ ਤੋ ਚਰਚਾ ਨਹੀਂ ਹੋਤਾ। ਥਰੂ ਗੈਸ ਦੇ ਗੋਲੇ ਵੀ ਚਲਾਏ ਗਏ, ਬੁਲਟਸ ਇੰਨਾ ਰਬੜ ਬੁਲਟਸ ਇੰਨਾ ਕਿਸਾਨਾਂ ਦੇ ਉੱਪਰ ਚਲੇ, ਉਸ ਚੀਜ਼ ਨੂੰ ਕਿਵੇਂ ਦੇਖਦੇ? ਫਿਰ ਦੇਖੋ ਇਗਜ਼ਾਮਪਲ ਵੀ ਤਾਂ ਸੈੱਟ, ਜਿਹੜੇ ਇਤਿਹਾਸ ਬਣਦੇ ਹੁੰਦੇ ਨੇ ਕਿ ਉਹ ਫਲਾਂ ਇੱਕ ਜ਼ਾਲਮ ਬਾਦਸ਼ਾਹ ਸੀਗਾ, ਉਹ ਵੀ ਤਾਂ ਫਿਰ ਯਾਦ ਹੈ ਜਿਹੜਾ ਆ ਹੁਣ ਆ ਜਿਹੜਾ ਦੌਰ ਚੱਲ ਰਿਹਾ, ਇਹਨਾਂ ਨੇ ਇਹਦੇ ਵਿੱਚ ਤੋਂ ਵੀ ਤਾਂ ਕਲੰਕ ਲਵਾਉਣੀ ਹੀ ਨਹੀਂ। ਔਰ ਦੂਸਰੀ ਗੱਲ ਹੈ, ਗੁੰਡਾਗਰਦੀ ਉਸ ਤੋਂ ਵੀ ਵੱਧ ਕਰ ਰਹੇ ਨੇ, ਇੱਧਰ ਬੜ ਬੜ ਕੇ ਆ ਕੇ ਗੁੰਡਾਗਰਦੀਆਂ ਕਰ ਰਹੇ ਨੇ, ਇੱਧਰ ਨਹੀਂ ਨਾ ਆ ਸਕਦੇ, ਇੱਧਰ ਪੈਰ ਨਹੀਂ ਪਾ ਸਕਦੇ, ਉਹਨਾਂ ਦਾ ਕੋਈ ਠਾਣਾ ਇੱਧਰ ਲੱਗਦਾ, ਉਹਨਾਂ ਦੀ ਕੋਈ ਜੁਰਿਸਡਿਕਸ਼ਨ ਹੈ? ਇਲੀਗਲ ਹੈ, ਅਗਰ ਇੱਥੇ ਆ ਕੇ ਫੋਰਸ ਯੂਜ਼ ਕਰਨਗੇ ਉਹਨਾਂ ਦੇ ਖਿਲਾਫ਼ ਪਰਚਾ ਦਰਜ ਕਰਨਾ ਪੈਂਦਾ। ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਲੱਗ ਚੁੱਕਿਆ ਅਤੇ ਮੋਰਚੇ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਜਿਵੇਂ ਪਹਿਲੇ ਕਿਸਾਨ ਮੋਰਚੇ ਦੇ ਵਿੱਚ ਮੁਸਲਿਮ ਭਾਈਚਾਰੇ ਦਾ ਇੱਕ ਪੱਕਾ ਹੀ ਲੰਗਰ ਚੱਲਦਾ ਸੀ, ਤਾਂ ਹੁਣ ਵੀ ਹਮਾਇਤ ਦੇ ਵਿੱਚ ਨੇਤਰੇ ਨੇ, ਪੰਜਾਬੀ ਨੇ, ਪੰਜਾਬੀਆਂ ਨੇ, ਪੰਜਾਬੀਆਂ ਨਾਲ ਖੜ੍ਹਨਾ ਹੀ ਹੁੰਦਾ। ਤਾਂ ਗੱਲਬਾਤ ਕਰਦੇ ਹਾਂ, ਕਿਉਂ ਲੱਗਿਆ ਜੀ ਵੀ ਹੁਣ ਮੈਦਾਨ 'ਚ ਸਾਨੂੰ ਵੀ ਆ ਜਾਣਾ ਚਾਹੀਦਾ ਨਾਲ ਆਪਦੇ ਭਰਾਵਾਂ ਦੇ? ਦੇਖੋ ਮਲੇਰਕੋਟਲੇ ਦਾ ਮੁਸਲਮਾਨ ਹੈ ਜੋ ਉਹ ਵੀ ਕਿਸਾਨ ਨੇ, ਸਭ ਤੋਂ ਜ਼ਿਆਦਾ ਜਿਹੜੀ ਸਬਜ਼ੀ ਪੈਦਾ ਕੀਤੀ ਜਾਂਦੀ ਹੈ ਮਲੇਰਕੋਟਲੇ ਵੱਲੋਂ, ਸਬਜ਼ੀ ਮੰਡੀ ਜਿਹੜੀ ਮਲੇਰਕੋਟਲੇ ਮਸ਼ਹੂਰ ਹੈ, ਔਰ ਸਾਡਾ ਵੀ ਫਰਜ਼ ਹੈ ਪੰਜਾਬੀ ਹੋਣ ਦੇ ਨਾਤੇ ਵੀ ਸਾਡਾ ਫਰਜ਼ ਹੈ, ਔਰ ਇੱਕ ਸਾਡੇ 'ਤੇ ਜ਼ਿੰਮੇਦਾਰੀ ਹੋਰ ਹੈ ਹਾਦੇ ਨਾਰੇ ਦੀ, ਜੋ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਨੇ ਜੋ ਛੋਟੇ ਸਾਹਿਬਜ਼ਾਦਿਆਂ ਦੇ ਲਈ ਹਾਦਾ ਨਾਰਾ ਮਾਰਿਆ ਸੀਗਾ, ਔਰ ਰਵਾਇਤ ਹੈ ਜਿਹੜੀ ਉਹ ਮਲੇਰਕੋਟਲੇ ਦੇ ਹਰੇਕ ਮੁਸਲਮਾਨ ਦੇ ਖੂਨ ਦੇ ਵਿੱਚ ਹੈ, ਉਹ ਅਸੀਂ ਕਾਇਮ ਰੱਖਣੀ ਹੈ ਹਮੇਸ਼ਾ। ਪਹਿਲੇ ਮੋਰਚੇ ਦੇ ਵਿੱਚ ਵੀ ਡੇ ਵਨ ਤੋਂ ਅਸੀਂ ਨਾਲ ਸੀਗੇ ਔਰ ਅੱਜ ਵੀ ਜਦੋਂ ਸਾਨੂੰ ਦੁਬਾਰਾ ਸਾਡੇ ਕਿਸਾਨ ਵੀਰਾਂ ਨੂੰ ਜ਼ਰੂਰਤ ਪਈ ਹੈ ਤਾਂ ਅਸੀਂ ਆ ਕੇ ਇੱਥੇ ਖੜ੍ਹੇ ਹਾਂ। ਇਹਨਾਂ ਨੂੰ ਅਹਿਸਾਸ ਹੋਵੇ ਕਿ ਸਾਡਾ ਸਾਰਾ ਭਾਈਚਾਰਾ ਸਾਡੇ ਨਾਲ ਆ, ਇੱਥੇ ਕੋਈ ਜਾਤ ਪਾਤ ਨਹੀਂ, ਇੱਥੇ ਕੋਈ ਹਿੰਦੂ ਮੁਸਲਮਾਨ ਸਿੱਖ ਈਸਾਈ ਨਹੀਂ, ਇੱਥੇ ਇੱਕ ਕਿਸਾਨ ਬੈਠਾ ਹੈ ਜੋ ਇਸ ਮੁਲਕ ਦੇ ਲੋਕਾਂ ਦੀ ਹੀ ਲੜਾਈ ਲੜ ਰਿਹਾ ਹੈ। ਜਿਵੇਂ ਤੁਸੀਂ ਕਿਹਾ ਕਿ ਇੱਥੇ ਇੱਕ ਕਿਸਾਨ ਬੈਠਾ ਹੈ ਜੋ ਮੁਲਕ ਦੇ ਲੜਾਈ ਲੜ ਰਿਹਾ, ਪਰ ਇਹਨਾਂ ਕਿਸਾਨਾਂ ਦੇ ਉੱਪਰ ਜਦੋਂ ਕਿਸਾਨ ਆਏ ਉਦੋਂ ਥਰੂ ਗੈਸ ਦੇ ਗੋਲੇ ਵੀ ਚਲਾਏ ਗਏ, ਬੁਲਟਸ ਇੰਨਾ ਰਬੜ ਬੁਲਟਸ ਇੰਨਾ ਕਿਸਾਨਾਂ ਦੇ ਉੱਪਰ ਚਲੇ, ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਫਿਰ ਦੇਖੋ ਇਗਜ਼ਾਮਪਲ ਵੀ ਤਾਂ ਸੈੱਟ, ਜਿਹੜੇ ਇਤਿਹਾਸ ਬਣਦੇ ਹੁੰਦੇ ਨੇ ਕਿ ਉਹ ਫਲਾਂ ਇੱਕ ਜ਼ਾਲਮ ਬਾਦਸ਼ਾਹ ਸੀਗਾ, ਉਹ ਵੀ ਤਾਂ ਫਿਰ ਯਾਦ ਹੈ ਜਿਹੜਾ ਆ ਹੁਣ ਆ ਜਿਹੜਾ ਦੌਰ ਚੱਲ ਰਿਹਾ, ਇਹਨਾਂ ਨੇ ਇਹਦੇ ਵਿੱਚ ਤੋਂ ਵੀ ਤਾਂ ਕਲੰਕ ਲਵਾਉਣੇ ਹੀ ਨੇ ਕਿ ਹਾਂ ਵੀ ਇੱਕ ਇਹ ਦੌਰ ਦੇ ਵਿੱਚ ਵੀ ਇੱਕ ਸਰਕਾਰ ਆਈ ਸੀ, ਇੱਕ ਇਹੋ ਜਿਹਾ ਜ਼ਾਲਮ ਬਾਦਸ਼ਾਹ ਸੀਗਾ ਵੀ ਜਿਹੜਾ ਕਿਸਾਨਾਂ ਦੇ ਉੱਪਰ 750 ਕਿਸਾਨ ਸ਼ਹੀਦ ਹੋ ਗਿਆ ਸੀਗਾ, ਉਸ ਦੇ ਬਾਵਜੂਦ ਝੂਠੀਆਂ ਗੱਲਾਂ ਕਰਕੇ ਉਹਨਾਂ ਨੂੰ ਉੱਥੇ ਮੋਰਚੇ ਤੋਂ ਉਠਾ ਕੇ, ਉਹ ਤੋਂ ਬਾਅਦ ਦੁਬਾਰਾ ਜਦੋਂ ਉਹ ਮੋਰਚਾ ਲਾਉਣ ਲੱਗੇ ਤਾਂ ਉਹਨਾਂ ਦੇ ਉੱਪਰ ਇੱਦਾਂ ਜ਼ੁਲਮ ਕੀਤਾ ਗਿਆ, ਉਹਨਾਂ ਦੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ, ਉਹਨਾਂ ਦੇ ਜ਼ਖਮੀ ਕੀਤਾ ਗਿਆ, ਇੱਕ ਕਿਸਾਨ ਫੇਰ ਸਾਡਾ ਸ਼ਹੀਦ ਹੋ ਗਿਆ, ਕਿ ਜਦੋਂ ਜ਼ੁਲਮ ਕੀਤਾ ਗਿਆ, ਜ਼ੁਲਮ ਦੀ ਜਿਹੜੀ ਦਾਸਤਾਨ ਉਹ ਵੀ ਤਾਂ ਇਹਨਾਂ ਨੇ ਫਿਰ ਲਿਖਣੀ ਹੁੰਦੀ ਹੈ ਨਾ, ਅਤੇ ਇਤਿਹਾਸ ਤਾਂ ਹੀ ਬਣਦੇ ਨੇ, ਇਹ ਵਾਲੀ ਕੰਮ ਕਰ ਰਹੇ ਨੇ ਹੁਣ। ਇੱਕ ਗੱਲ ਦੱਸਿਓ ਵੀ ਜਿਸ ਤਰੀਕੇ ਨਾਲ ਬਾਈ ਨੇ ਕਹੀ ਗੱਲ ਵੀ ਉਹ ਗੋਲੇ ਮਾਰੇ ਗਏ, ਇਸ ਤਰੀਕੇ ਨਾਲ ਕੀਤਾ ਗਿਆ, ਕੀ ਪੰਜਾਬ ਚਾਹੇ ਪੰਜਾਬ ਦੀ ਕੋਈ ਕੌਮ ਹੋਵੇ, ਕੋਈ ਧਰਮ ਹੋਵੇ, ਉਹਨੂੰ ਐਂ ਰੋਕਿਆ ਜਾ ਸਕਦਾ ਅੱਗੇ ਜਾਣ? ਦੇਖੋ ਮੈਂ ਪਹਿਲਾਂ ਵੀ ਕਹਿ ਕੇ ਹਟਿਆ, ਮੇਰੀ ਦੋ ਵਾਰ ਹੁਣ ਗੱਲ ਹੋਈ ਹੈ ਇੱਥੇ ਪਹਿਲਾਂ ਵੀ, ਕਿ ਆਰਟੀਕਲ 19 ਹੈ ਜੋ ਸਾਨੂੰ ਆਜ਼ਾਦੀ ਦਿੰਦਾ ਵੀ ਅਸੀਂ ਅਸੈਂਬਲ ਹੋ ਸਕਦੇ ਹਾਂ, 19B ਹੈ,
ਔਰ ਡੀ ਸਾਨੂੰ ਇਜਾਜ਼ਤ ਦਿੰਦਾ ਅਸੀਂ ਥਰੂ ਆਊਟ ਦੀ ਟੈਰੀਟਰੀ ਆਫ ਇੰਡੀਆ ਅਸੀਂ ਮੂਵਮੈਂਟ ਕਰ ਸਕਦੇ ਹਾਂ, ਸਾਨੂੰ ਕਿਉਂ ਰੋਕਿਆ ਜਾ ਰਿਹਾ? ਆਨਰੇਬਲ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ, ਇਹ ਮੈਂ ਨਹੀਂ ਕਹਿ ਰਿਹਾ। ਉਹਨਾਂ ਨੇ ਪੁੱਛਿਆ ਕਿ ਤੁਸੀਂ ਮੂਵਮੈਂਟ ਨੂੰ ਕਿਉਂ ਰੋਕ ਰਹੇ? ਉਹਨਾਂ ਨੇ ਤਾਂ ਦਿੱਲੀ ਜਾਣਾ, ਹਰਿਆਣਾ ਸਰਕਾਰ ਕੌਣ ਹੁੰਦੀ ਹੈ ਰੋਕਣ ਵਾਲੀ? ਔਰ ਦੂਸਰੀ ਗੱਲ ਹੈ, ਗੁੰਡਾਗਰਦੀ ਉਸ ਤੋਂ ਵੀ ਵੱਧ ਕਰ ਰਹੇ ਨੇ, ਇੱਧਰ ਵੜ ਵੜ ਕੇ ਆ ਕੇ ਗੁੰਡਾਗਰਦੀਆਂ ਕਰ ਰਹੇ ਨੇ, ਇੱਧਰ ਨਹੀਂ ਨਾ ਆ ਸਕਦੇ, ਇੱਧਰ ਪੈਰ ਨਹੀਂ ਪਾ ਸਕਦੇ, ਉਹਨਾਂ ਦਾ ਕੋਈ ਥਾਣਾ ਇੱਧਰ ਲੱਗਦਾ, ਉਹਨਾਂ ਦੀ ਕੋਈ ਜੁਰਿਸਡਿਕਸ਼ਨ ਹੈ? ਇਲੀਗਲ ਹੈ, ਅਗਰ ਇੱਥੇ ਆ ਕੇ ਫੋਰਸ ਯੂਜ਼ ਕਰਨਗੇ ਉਹਨਾਂ ਦੇ ਖਿਲਾਫ਼ ਪਰਚਾ ਦਰਜ ਕਰਨਾ ਪੈਂਦਾ, ਕਿਉਂਕਿ ਇਕੱਠੇ ਹੋਣ, ਇਹਨੂੰ ਹਾਲੇ ਵਿਚਾਰਿਆਂ ਨੂੰ ਆਪਣੇ ਹੱਕਾਂ ਦਾ ਨਹੀਂ ਪਤਾ ਹੈ, ਇਹ ਤਾਂ ਇਕੱਠੇ ਹੋ ਕੇ ਇੱਕ ਧਰਨਾ ਇਹਨਾਂ ਦੇ ਖਿਲਾਫ਼ ਲਾਉਣ, ਜਿਹੜੇ ਇਹਨਾਂ ਦੀ ਵੀਡੀਓ ਬਣਾਉਣ, ਉਹ ਬੰਦਿਆਂ ਨੂੰ ਬਲਕਿ ਉਹਨਾਂ ਦੀਆਂ ਵਰਦੀਆਂ ਲੈਣਗੀਆਂ ਜਿਹੜੇ ਬੰਦੇ ਇੱਧਰ ਆ ਕੇ ਗੁੰਡਾਗਰਦੀ ਕਰਦੇ ਨੇ, ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ, ਕੋਈ ਕਾਨੂੰਨ ਤੋਂ ਉੱਪਰ ਨਹੀਂ ਹੈ। ਅੱਛਾ, ਇੱਕ ਚੀਜ਼ ਹੋਰ ਆ, ਸੋਸ਼ਲ ਮੀਡੀਆ ਦਾ ਇੱਕ ਹਿੱਸਾ ਉਹ ਵੀ ਆ, ਚਾਹੇ ਟਵਿੱਟਰ ਦੀ ਗੱਲ ਕਰੀਏ, ਹੋਰ ਵੱਖ ਵੱਖ ਗੱਲ ਕਰੀਏ, ਉੱਥੇ ਇਹਨਾਂ ਕਿਸਾਨਾਂ 'ਤੇ ਟੈਗ ਚਲਾਏ ਜਾ ਰਹੇ ਨੇ ਕਿ ਇੱਥੇ ਖਾਲਿਸਤਾਨੀ ਨੇ, ਇੱਥੇ ਵੱਖਵਾਦੀ ਜਿਹੜੇ ਨੇ ਇਕੱਠੇ ਹੋਏ ਨੇ, ਤੁਸੀਂ ਲੰਗਰ ਲਾਉਣ ਦੇ ਲਈ ਆਏ ਹੋ, ਤੁਹਾਨੂੰ ਲੱਗਿਆ ਕੋਈ ਇਹਨਾਂ 'ਚੋਂ ਖਾਲਿਸਤਾਨੀ ਜਾਂ ਵੱਖਵਾਦੀ? ਜਿਵੇਂ ਤੁਸੀਂ ਆ ਗਏ ਹੋ, ਮੇਰਾ ਸਵਾਲ ਪੂਰਾ ਕਰਦਾ ਵੀ ਕੱਲ੍ਹ ਨੂੰ ਇਹ ਕਹਿ ਦੇਣ ਕਿ ਜੀ ਇਹ ਤਾਂ ISI ਦੇ ਬੰਦੇ ਆ ਗਏ ਜਾਂ ਪਾਕਿਸਤਾਨ ਤੋਂ ਵੀ ਏਜੰਸੀਆਂ ਨੂੰ ਤਾਕਦੇ ਹੋ, ਤੁਸੀਂ ਇੱਕ ਮੁਸਲਿਮ ਭਾਈਚਾਰਾ ਆ ਗਿਆ, ਤਾਂ ਹੁਣ ਲੱਗਦਾ ਵੀ ਜਿਹੜਾ ਇਹ ਅੱਤਵਾਦੀ ਆ ਤੁਸੀਂ? ਆ ਦੇਖੋ ਹਥਿਆਰ ਸਾਡੇ, ਉਹ ਦੇਖੋ ਮਿਜ਼ਾਈਲਾਂ, ਉਹ ਦੇਖੋ ਰੱਖੀਆਂ ਹੋਈਆਂ, ਉਹ ਦੇਖੋ ਪਿੱਛੇ ਉਹਦੇ 'ਚੋਂ, ਆਹ ਦੇਖੋ ਇਹਦੇ ਤੋਂ ਤਿਆਰ ਹੋ ਰਹੇ ਜਵਾਬ ਦਿੱਤਾ। ਇਹ ਕੀ, ਪਿਛਲੀ ਵਾਰੀ ਜਦੋਂ ਅਸੀਂ ਆਏ ਸੀ ਇੱਥੇ, ਜਦੋਂ ਸਾਨੂੰ ਕਹਿ ਤਾਂ ਰਹੇ ਸੀ, ਕਹਿੰਦੇ ਵੀ ਇਹ ਬਿਰਿਆਨੀ ਨੌਨ ਵੈਜ ਵੀ ਬਣਾ ਕੇ ਖਿਲਾ ਰਹੇ ਨੇ, ਫਿਰ ਇਹਨਾਂ ਨੂੰ ਜਦੋਂ ਵੀ ਅਸੀਂ ਦੱਸਿਆ ਸੀਗਾ ਵੀ ਆਪਕੀ ਅੱਖੋਂ ਪਰ ਪਰਦਾ ਹੈ, ਇਹ ਬਿਰਿਆਨੀ ਨਹੀਂ ਜ਼ਰਦਾ, ਵੀ ਅੱਖਾਂ ਖੋਲ੍ਹ ਲਓ, ਠੀਕ ਹੈ, ਇਹ ਸਾਨੂੰ ਜਿਹੜਾ ਨਾ ਇਹ ਜਿਹਨੂੰ ਕਹਿੰਦੇ ਨੇ ਵੀ ਜਿਹਨੂੰ ਰੋਕਿਆ ਨਾ ਜਾ ਸਕਦਾ ਉਹਨੂੰ ਬਦਨਾਮੀ ਕਰ ਦਿਉ, ਇਹ ਉਹੀ ਪੋਲਿਸੀ ਹੈ ਇਹਨਾਂ ਦੀ, ਕਿਸੇ ਨੂੰ ਵੀ ਕੁਛ ਵੀ ਕਹਿ ਦਿਉ ਇਹਨਾਂ ਨੂੰ। ਮੰਨੋ ਇੱਕ ਕੋਈ ਗੋਦੀ ਮੀਡੀਆ ਦਾ ਚੈਨਲ ਹੈ, ਕਾਫੀ ਮਸ਼ਹੂਰ ਹੈ, ਸਰਵ ਸ਼੍ਰੇਸ਼ਟ ਹੈ ਜੀ, ਹਮ ਉਹਨਾਂ ਦਾ ਇੱਕ ਸੂਰ, ਪਤਾ ਨਹੀਂ ਕੀ ਨਾਮ ਹੈ ਉਹਦਾ, ਸੂਰਵੀਰ ਕੀ ਹੈ, ਸੂਰ ਚੌਧਰੀ ਸ਼ਾਇਦ, ਸੂਰ ਚੌਧਰੀ, ਚਲੋ ਜਿਹੜਾ ਵੀ ਹੈ, ਉਹ ਕਹਿ ਰਿਹਾ ਹੈ ਜੀ ਇਹ ਕਿਸਾਨ ਵੋ ਹੈ ਜੀ, ਇਹ ਸ੍ਰੀ ਸਾਹਿਬ ਦੇਖੋ ਇੱਕ ਸਿੱਖ ਦਾ ਅਧਿਕਾਰ ਹੈ, ਉਹਦਾ ਧਾਰਮਿਕ ਇੱਕ ਚਿੰਨ੍ਹ ਹੈ ਉਹਦਾ, ਠੀਕ ਹੈ, ਔਰ ਉਹ ਉਹਨੂੰ ਕੈਰੀ ਕਰ ਸਕਦਾ, ਸਾਨੂੰ ਸੰਵਿਧਾਨ ਇਹਦੀ ਇਜਾਜ਼ਤ ਦਿੰਦਾ, ਉਹ ਸ੍ਰੀ ਸਾਹਿਬ ਨੂੰ ਦਿਖਾ ਦਿਖਾ ਕੇ ਕਹੀ ਜਾਂਦਾ ਵੀ ਉੱਥੇ ਹਥਿਆਰ ਲੈ ਕੇ, ਉਹ ਯਾਰ ਇੱਕ ਮਿੰਟ ਸਾਹਮਣੇ ਤੁਸੀਂ ਜਿਹੜੀਆਂ ਉੱਥੇ ਐਡੀਆਂ ਪੈਲਟ ਗਨਸ ਯੂਜ਼ ਕਰ ਰਹੇ ਨੇ, ਛਰੇ ਮਾਰ ਰਹੇ ਨੇ, ਉਹ ਨਹੀਂ ਜੋ ਬੈਨ ਨੇ ਉਹ ਨਹੀਂ ਤੁਸੀਂ ਦਿਖਾ ਰਹੇ, ਆ ਜਿਹੜੇ ਆ ਬੰਬ ਯੂਜ਼ ਕਰ ਰਹੇ ਨੇ, ਆਹ ਜਿਹਦੇ ਆਸੂ ਗੈਸ ਦੇ, ਇਹ ਇਲੀਗਲ ਨੇ, ਕੈਮੀਕਲ ਹਥਿਆਰ ਹੈ, ਇਹ ਯੂਜ਼ ਕਰ ਸਕਦੇ ਨੇ, ਇਹਨਾਂ ਦੇ ਉੱਪਰ ਕਿਉਂ ਨਹੀਂ ਦਿਖਾ ਰਹੇ ਤੁਸੀਂ ਸਾਡੇ? ਤੁਸੀਂ ਠੀਕ ਹੈ, ਹਮ ਆਹ ਵੀ ਕਰਤੇ ਹੈ ਤੋ ਹੋ ਜਾਤੇ ਹੈ ਬਦਨਾਮ, ਉਹ ਕਤਲ ਵੀ ਕਰਦੇ ਤੋ ਚਰਚਾ ਨਹੀਂ ਹੋਤਾ, ਐਡਾ ਨਾ ਤੁਸੀਂ, ਠੀਕ ਹੈ, ਬੇਸ਼ਰਮਗੀ ਦੀ ਹੱਦ ਹੈ, ਤੁਸੀਂ ਆਪਣੇ ਉਹਨੂੰ ਸਰਵ ਸ਼੍ਰੇਸ਼ਟ ਚੈਨਲ ਕਰੋ, ਮੈਂ ਕਹੂੰਗਾ ਲਾਹਨਤ ਹੈ ਇਸ ਚੈਨਲ ਦੇ ਉੱਪਰ ਵੀ, ਜਿਹੜੇ ਠੀਕ ਹੈ ਐਸੇ ਐਂਕਰਸ ਨੂੰ ਲਿਆ ਲਿਆ ਕੇ ਨਫ਼ਰਤ ਪੈਦਾ ਕਰ ਰਹੇ ਨੇ, ਜਿਹੜੇ ਤੱਥਾਂ ਤੋਂ ਉਲਟ, ਇੱਕ ਕਹਿ ਰਿਹਾ ਸੀਗਾ ਕੱਲ੍ਹ ਇਹੀ, ਕਹਿੰਦਾ ਵੀ 40 ਲੱਖ ਕਰੋੜ ਕਾ ਬੋਝ ਵੜ ਜਾਏਗਾ MSP ਕੇ ਉੱਪਰ ਅਗਰ ਗਰੰਟੀ ਬਣ ਗਈ ਕਾਨੂੰਨ, ਯਾਰ ਕਿੱਡੇ ਗੁੰਮਰਾਹ ਕੁਨ ਗੱਲ ਹੈ, 40 ਲੱਖ ਕਰੋੜ ਰੁਪਇਆ ਜੋ ਉਹ ਸਰਕਾਰ ਨੇ ਥੋੜ੍ਹੀ ਦਿਨ, ਅਸੀਂ ਜਿਹੜੇ ਆਮ ਲੋਕਾਂ ਨੇ ਖਰੀਦ ਕੇ ਕਣਕ ਖਾਣੀ ਹੈ, ਸਾਨੂੰ ਜਿਹੜੇ ਬੰਦੇ, ਜਿਹੜੇ ਪ੍ਰਾਈਵੇਟ ਪਲੇਅਰ ਇਹਨਾਂ ਦੇ ਦੋਸਤ ਨੇ, ਜਿਹੜੇ ਗਡਾਊਨ ਬਣਾਈ ਬੈਠੇ ਨੇ ਪੰਜਾਬ ਦੇ ਵਿੱਚ, ਉਹ ਲੋਕਾਂ ਨੇ ਜਿਹੜੀ ਸਾਡੇ ਕੋਲੋਂ ਕਣਕ ਖਰੀਦਣੀ, ਅਸੀਂ ਕਹਿੰਦੇ ਹਾਂ ਵੀ ਉਹ ਵੀ ਸਾਤੋਂ ਮਿਨੀਮਮ ਸਪੋਰਟ ਪ੍ਰਾਈਸ ਤੋਂ ਘੱਟ ਨਾ ਖਰੀਦਣ, ਅਗਰ 25 ਰੁਪਏ ਤੈਅ ਹੋ ਗਿਆ ਤਾਂ, ਅਗਰ ਕੋਈ 25 ਤੋਂ ਘੱਟ ਸਾਨੂੰ ਮਜਬੂਰ ਕਰਕੇ ਖਰੀਦਦਾ ਤਾਂ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ, ਸਾਡੀ ਇਹ ਮੰਗ ਹੈ, ਇਹ ਕਿੱਡੀ ਕੁ ਗਲਤ ਗੱਲ ਹੈ ਯਾਰ। ਇੱਕ ਚੀਜ਼ ਹੋਰ ਦੱਸੋ, ਜਿਵੇਂ ਹੁਣ ਇਹ ਪੱਕਾ ਲੰਗਰ ਆ ਜਿੰਨੇ ਦਿਨ ਦੇ ਲਈ, ਜਿਵੇਂ ਪਿਛਲੀ ਵਾਰ ਵੀ ਹਾਲੇ ਮੂਵਮੈਂਟ, ਜਦੋਂ ਤੱਕ ਕਿਸਾਨਾਂ ਦੀ ਫਿਕਸ ਮੂਵਮੈਂਟ ਨਹੀਂ ਹੁੰਦੀ, ਕਿਤੇ ਜਾ ਕੇ ਪੜਾਓ ਨਹੀਂ ਹੁੰਦਾ ਹੈਗਾ, ਠੀਕ ਹੈ, ਜਿੱਥੇ ਪੱਕਾ ਪੜਾਓ ਲੱਗੇਗਾ ਫਿਰ ਉੱਥੇ ਇਨਸ਼ਾਅੱਲਾ ਅਸੀਂ ਪੱਕਾ ਹੋ ਕਰਾਂਗੇ, ਅੱਜ ਫਿਲਹਾਲ ਅਸੀਂ ਉੱਥੋਂ ਬਣਵਾ ਕੇ ਹੀ ਲੈ ਕੇ ਆਏ ਸੀਗੇ ਮਲੇਰਕੋਟਲੇ ਤੋਂ, ਅਸੀਂ ਇੱਥੇ ਵਰਤਾ ਕੇ ਅਸੀਂ ਵਾਪਸ ਇਨਸ਼ਾਅੱਲਾ ਅੱਜ ਜਾਵਾਂਗੇ, ਔਰ ਦੁਬਾਰਾ ਫਿਰ ਇੱਕ ਦੋ ਦਿਨ ਤੱਕ ਦੁਬਾਰਾ ਆਵਾਂਗੇ, ਔਰ ਜਦੋਂ
ਇੱਥੋਂ ਅੱਗੇ ਵਧੇ ਜਿੱਥੇ ਪੱਕਾ ਪੜਾਅ ਲੱਗੇਗਾ, ਜਿੱਥੇ ਸਾਨੂੰ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਹੁਕਮ ਕਰਨਗੇ, ਪਰ ਅਸੀਂ ਉੱਥੇ ਫਿਰ ਅਸੀਂ ਰੈਗੂਲਰ ਵੀ ਜਿਵੇਂ ਪਿਛਲੀ ਵਾਰ ਕੀਤਾ ਸੀ ਉਹ ਜ਼ਰੂਰ ਕਰਾਂਗੇ ਇਨਸ਼ਾਅੱਲਾ। ਥੈਂਕ ਯੂ, ਥੈਂਕ ਯੂ ਵੀਰੋ। ਸਭ ਤੋਂ ਪਹਿਲੇ ਮੈਂ ਸਲੂਟ ਮਾਰਨਾ ਮੈਂ ਮਲੇਰਕੋਟਲਾ ਦੇ ਮੁਸਲਮਾਨਾਂ ਨੂੰ ਜਿਨ੍ਹਾਂ ਨੇ ਸਿੱਖ ਵੀਰਾਂ ਦੀ ਮਦਦ ਵਾਸਤੇ ਹਾਹ ਦਾ ਨਾਰਾ ਮਾਰਿਆ। ਜਿਸ ਤਰ੍ਹਾਂ ਪਿਛਲੀ ਵਾਰੀ ਕਿਸਾਨ ਅੰਦੋਲਨ ਦੇ ਵਿੱਚ ਮੁਸਲਮਾਨਾਂ ਨੇ ਲੰਗਰ ਲਾਈ ਰੱਖਿਆ ਸੀ, ਇਸੇ ਤਰ੍ਹਾਂ ਹੀ ਮਲੇਰਕੋਟਲਾ ਦੇ ਮੁਸਲਮਾਨਾਂ ਨੇ ਹੁਣ ਵੀ ਲੰਗਰ ਲਾਇਆ ਹੈ। ਸਿੱਖ ਵੀਰਾਂ ਦੇ ਨਾਲ ਉਹ ਪੂਰੇ ਤਰ੍ਹਾਂ ਖੜ੍ਹੇ ਹੈ, ਜਿਹੜੀ ਕਿ ਸਿੱਖ ਅਤੇ ਮੁਸਲਮਾਨ ਭਾਈਚਾਰੇ ਦੀ ਇੱਕ ਹੋਰ ਬੜੀ ਵਧੀਆ ਅਤੇ ਚੰਗੀ ਮਿਸਾਲ ਹੈ। ਦੇਖੋ ਵੀਰੋ, ਜਿਹੜੇ ਸਿੱਖ ਹੈ, ਕਿਸਾਨ ਹੈ, ਇਹਦੇ ਵਿੱਚ ਖਾਲੀ ਸਿੱਖ ਨਹੀਂ ਹੈ, ਕਿਸਾਨ ਦੇ ਵਿੱਚ ਮੁਸਲਮਾਨ, ਹਿੰਦੂ, ਈਸਾਈ, ਇਹ ਸਾਰੇ ਕਿਸਾਨ ਹੈ। ਕਿਉਂਕਿ ਪੰਜਾਬ ਦੀ ਜਿਹੜੀ ਜ਼ਿਆਦਾਤਰ ਆਵਾਮ ਹੈ ਉਹ ਕਿਸਾਨ ਹੈ, ਉਹ ਖੇਤੀਬਾੜੀ ਤੋਂ ਆਪਣਾ ਰਿਜ਼ਕ ਕਮਾਉਂਦੀ ਹੈ ਅਤੇ ਪੂਰੇ ਇੰਡੀਆ ਨੂੰ ਉਹ ਅਨਾਜ ਦਿੰਦੀ ਹੈ। ਅਤੇ ਉਹ ਕਿਸਾਨਾਂ ਦੇ ਨਾਲ ਹੀ ਦੇਖੋ ਜ਼ਿਆਦਤੀ ਹੋ ਰਹੀ ਹੈ, ਧੱਕਾ ਹੋ ਰਿਹਾ ਵੈ, ਗੁੱਦੀ ਮੀਡੀਆ ਕਹਿ ਰਿਹਾ ਵੈ ਕਿ ਆਤੰਕਵਾਦੀ ਹੈ ਜਿਹੜੇ ਕਿ ਇੱਥੇ ਆਣ ਕੇ ਦਹਿਸ਼ਤਗਰਦੀ ਫੈਲਾ ਰਹੇ ਆ, ਲੋਕਾਂ ਨੂੰ ਤੰਗ ਕਰਨ ਰਹੇ ਆ, ਲੋਕਾਂ ਦਾ ਰਾਹ ਰੋਕਿਆ ਹੋਇਆ ਵੈ, ਜਦਕਿ ਉਹ ਪੁਰ ਅਮਨ ਅਤੇ ਪੁਰ ਸਕੂਨ ਹੈ। ਅਸਲ ਦੇ ਵਿੱਚ ਦਹਿਸ਼ਤਗਰਦੀ ਜਿਹੜੀ ਹੈ ਉਹ ਕਰ ਰਹੀ ਹੈ, ਪੁਲਿਸ ਕਰ ਰਹੀ ਹੈ, ਪ੍ਰਸ਼ਾਸਨ ਕਰ ਰਹੀ ਹੈ ਕਿ ਜਿਹੜੀਆਂ ਚੀਜ਼ਾਂ ਅਲਾਊਡ ਨਹੀਂ ਹੈਗੀਆਂ ਉਹ ਚਲਾਈਆਂ ਜਾ ਰਹੀਆਂ ਵੈ, ਆਸੂ ਗੈਸ ਜਿਹੜੀਆਂ ਰਬੜ ਬੁਲਟ ਫਾਇਟ ਕੀਤੀ ਜਾਂਦੀਆਂ, ਜਿਹਨਾਂ ਨਾਲ ਨੌਜਵਾਨ ਉਹ ਜ਼ਖਮੀ ਹੋ ਰਹੇ ਹੈ, ਕਾਫੀ ਲੋਕਾਂ ਨੂੰ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਮਸਲੇ ਮਿਸਾਲ ਬਣ ਰਹੇ ਆ। ਲੇਕਿਨ ਇਹ ਚੀਜ਼ਾਂ ਮੋਦੀ ਮੀਡੀਆ ਨਹੀਂ ਵਿਖਾ ਰਿਹਾ, ਈਵਨ ਕਿ ਉੱਥੇ ਨੈੱਟ ਬੰਦ ਕੀਤਾ ਗਿਆ ਹੋਇਆ ਕਿ ਤਾਂ ਕਿ ਜਿਹੜੇ ਯੂਟਿਊਬਰ ਹੈ ਜਾਂ ਜਿਹੜੇ ਕਿਸਾਨਾਂ ਦੇ ਬਾਰੇ ਦੱਸਣ ਵਾਲੇ ਚੈਨਲ ਹੈ ਉਹ ਵੀ ਨਾ ਦੱਸ ਸਕਣ। ਅਗਰ ਕੋਈ ਚੈਨਲ ਕੋਸ਼ਿਸ਼ ਕਰਦਾ ਹੋਇਆ ਜਾ ਕੇ ਵੀਡੀਓ ਬਣਾ ਕੇ ਦੱਸਣ ਦੀ, ਉਹਦੇ ਚੈਨਲ ਨੂੰ ਬੈਨ ਕਰ ਦਿੱਤਾ ਜਾਂਦਾ ਹੈ ਤਾਂ ਕਿ ਆਵਾਜ਼ ਜਿਹੜੀ ਹੈ ਬਹੁਤੇ ਲੋਕਾਂ ਤੱਕ ਨਾ ਜਾ ਸਕੇ, ਲੋਕਾਂ ਨੂੰ ਇਹਦੇ ਬਾਰੇ ਅਵੇਅਰਨੈਸ ਨਾ ਫੈਲ ਸਕੇ। ਲੇਕਿਨ ਦੇਖੋ ਵੀਰੋ, ਹਰ ਜਿਹੜਾ ਵੀ ਆਪਣੇ ਤਬਕੇ ਦਾ ਬੰਦਾ ਹੈ ਉਹ ਜਿੰਨੀ ਮਦਦ ਕਰ ਸਕਦਾ ਵੈ, ਸਪੋਰਟ ਕਰ ਸਕਦਾ ਵੈ, ਉਹ ਕਿਸਾਨਾਂ ਦੀ ਸਪੋਰਟ ਕਰੇ। ਅਤੇ ਮੁਸਲਮਾਨ ਬਹੁਤ ਹੀ ਵਧੀਆ ਅਤੇ ਚੰਗਾ ਕੰਮ ਕਰ ਰਹੇ ਹੈ, ਜਿਹੜੇ ਕਿ ਉਹਨਾਂ ਦੀ ਸਪੋਰਟ ਕਰ ਰਹੇ ਹੈ, ਲੰਗਰ ਲਾ ਰਹੇ ਹੈ, ਕਿਉਂਕਿ ਜਿਸ ਜਗ੍ਹਾ 'ਤੇ ਧਰਨਾ ਲੱਗਾ ਵੈ ਉੱਥੇ ਲੋਕਾਂ ਨੂੰ ਖਾਣ ਦੀ ਵੀ ਜ਼ਰੂਰਤ ਹੈ, ਲੰਗਰ ਦੀ ਵੀ ਜ਼ਰੂਰਤ ਹੈ। ਅਤੇ ਉਸ ਜ਼ਰੂਰਤ ਨੂੰ ਮੱਦੇਨਜ਼ਰ ਰੱਖਦੇ ਹੋਏ ਮਲੇਰਕੋਟਲਾ ਦੇ ਮੁਸਲਮਾਨਾਂ ਨੇ ਆਪਣੇ ਸਿੱਖ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਆ, ਉਹਨਾਂ ਨੇ ਲੰਗਰ ਲਾਇਆ ਵੈ ਤਾਂ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ, ਉਹਨਾਂ ਦੇ ਹੌਸਲੇ ਬੁਲੰਦ ਰਹਿਣ ਅਤੇ ਉਹ ਆਪਣੀਆਂ ਮੰਗਾਂ ਵਿੱਚ ਜਿਹੜੇ ਉਹਨਾਂ ਨੇ ਮਸਲੇ ਮਸਾਇਲ ਹੈ ਉਹਨੂੰ ਹੱਲ ਕਰਕੇ ਇੱਥੋਂ ਨਿਕਲਣ। ਕੱਲ੍ਹ 21 ਤਰੀਕ ਹੈ, 21 ਤਰੀਕ ਦੇ ਨੂੰ ਬਾਤਚੀਤ ਹੋਣੀ ਹੈ, ਸਾਡੀ ਸਾਰਿਆਂ ਦੇ ਇਹੀ ਦਬਾਅ ਹੈ ਕਿ ਬਾਤਚੀਤ ਨਾਲ ਮਸਲਾ ਹੱਲ ਹੋ ਜਾਵੇ, ਕੋਈ ਤਸਾਦਮ ਨਾ ਆਵੇ, ਕਿਸੇ ਕਿਸਮ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਆਵੇ। ਕਿਉਂਕਿ ਨੁਕਸਾਨ ਜਦੋਂ ਵੀਰੋ ਕਿਸੇ ਘਰ ਦਾ ਕੋਈ ਫਰਜ਼ ਕਮਾਉਣ ਵਾਲਾ ਚਲੇ ਜਾਂਦਾ ਵੈ ਤਾਂ ਬੜੇ ਮਸਲੇ ਬਣ ਜਾਂਦੇ, ਪਿਛਲੇ ਜਿਹੜੇ ਰੁਲ ਜਾਂਦੇ ਆ, ਜਿਹਨੂੰ ਕੋਈ ਸੱਟ ਚੋਟ ਲੱਗ ਜਾਂਦੀ ਹੈ ਉਹ ਨਕਾਰਾ ਹੋ ਜਾਂਦਾ ਵੈ, ਨਾ ਉਹ ਖੇਤੀਬਾੜੀ ਕਰ ਸਕਦਾ, ਕਿਉਂਕਿ ਖੇਤੀਬਾੜੀ ਵੀਰੋ ਕੰਮ ਹੀ ਮਿਹਨਤ ਦਾ ਵੈ। ਕਿਸਾਨ ਗਰਮੀਆਂ ਵਿੱਚ ਵੀ ਮਿਹਨਤ ਕਰਦਾ ਵੈ, ਠੰਡੀ ਰਾਤਾਂ ਨੂੰ ਵੀ ਮਿਹਨਤ ਕਰਦਾ ਵੈ, ਖੇਤੀਬਾੜੀ ਦੇ ਕੰਮ ਹੀ ਮਿਹਨਤ ਆ, ਨਕਾਰਾ ਬੰਦਾ ਤਾਂ ਕੰਮ ਕਰ ਹੀ ਨਹੀਂ ਸਕਦਾ। ਇਸ ਕਰਕੇ ਮੇਰੀ ਤਾਂ ਇਹੀ ਦਬਾਅ ਹੈ ਕਿ ਜਿਹੜਾ ਅੰਦੋਲਨ ਦਾ ਖੈਰ ਉਹ ਆਫੀਅਤ ਦੇ ਨਾਲ ਇਹਦਾ ਨਿਬੜ ਜਾਵੇ, ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰ ਲਈਆਂ ਜਾਣ ਅਤੇ ਕੋਈ ਬੰਦਾ ਵੀ ਨਾ ਜ਼ਖਮੀ ਹੋਵੇ, ਨਾ ਕਿਸੇ ਨੂੰ ਸੱਟ ਚੁੱਟ ਲੱਗੇ ਅਤੇ ਨਾ ਹੀ ਕੋਈ ਸ਼ਹੀਦੀ ਹੋਵੇ। ਵੀਰੋ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ। ਆਪਣਾ ਢੇਰ ਸਾਰਾ ਖਿਆਲ ਰੱਖਿਓ, ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।